ਪੰਜਾਬ ਬੀਜੇਪੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਸਕਦਾ ਹੈ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਦਰਸਲ ਕੀ ਹੈ ਕਿ ਬੀਜੇਪੀ ਹਰ 3 ਸਾਲ ਬਾਅਦ ਆਪਣੀ ਲੀਡਰਸ਼ਿਪ ਦੇ ਵਿੱਚ ਫੇਰ ਬਦਲ ਕਰਦੀ ਹੈ ਪ੍ਰਧਾਨ ਦੀ ਜਿਹੜੀ ਹੈ ਉਹ ਚੋਣ ਕੀਤੀ ਜਾਂਦੀ ਹੈ ਤਾਂ ਹੁਣ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਲੋਕ ਸਭਾ 2024 ਦੇ ਵਿੱਚ ਬੀਜੇਪੀ ਮਜ਼ਬੂਤ ਦਿਖਾਈ ਦੇਵੇ ਇਸ ਦੇ ਲਈ ਹੁਣ ਇੱਕ ਅਜਿਹਾ ਚਿਹਰਾ ਤਲਾਸ਼ ਰਹੀ ਹੈ ਤਰਾਸ਼ ਰਹੀ ਹੈ ਜਿਸ ਦੀ ਪਕੜ ਸ਼ਹਿਰੀ ਖੇਤਰ ਤੇ ਨਾਲ ਦੀ ਨਾਲ ਪਿੰਡੂ ਖੇਤਰ ਦੇ ਵਿੱਚ ਵੀ ਹੋਵੇ ਜੋ ਹਿੰਦੂ ਤੇ ਜੱਟਾਂ ਦੇ ਸਬੰਧਤ ਜਿਹੜਾ ਹੈਗਾ ਉਹਦਾ ਚਿਹਰਾ ਇੱਕ ਵੱਡਾ ਹੋਵੇ ਤੇ ਨਾਲ ਦੀ ਨਾਲ ਉਹ ਕਿਸਾਨੀ ਤੇ ਸ਼ਹਿਰੀ ਵਿਕਾਸ ਦੇ ਨਾਲ ਵੀ ਜੁੜਿਆ ਹੋਵੇ ਤਾਂ ਇਸ ਪੂਰੀ ਜੋ ਭਾਜਪਾ ਨੇ ਆਪਣੀਆਂ ਗੁਣ ਦੱਸੇ ਹੋਏ ਨੇ ਤਾਂ ਇਸ ਦੇ ਉੱਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਜੋ ਭਾਜਪਾ ਦੇ ਵਿੱਚ ਚਲੇ ਗਏ ਸੀ ਸੁਨੀਲ ਜਾਖੜ ਉਹ ਬੀਜੇਪੀ ਦਾ ਨਵਾਂ ਚਿਹਰਾ ਬਣ ਸਕਦੇ ਆ ਪੰਜਾਬ ਪ੍ਰਧਾਨ ਦਾ ਹਾਲਾਂਕਿ ਇਸ ਦੇ ਉੱਪਰ ਜਿਹੜਾ ਹੈ ਅ ਅਧਿਕਾਰਿਕ ਤੌਰ ਦੇ ਉੱਪਰ ਪੁਸ਼ਟੀ ਜਿਹੜੀ ਹੈ ਉਹ ਅੱਜ ਹੋ ਸਕਦੀ ਹੈ ਸੁਨੀਲ ਜਾਖੜ ਨੂੰ ਬੀਜੇਪੀ ਪੰਜਾਬ ਦਾ ਪ੍ਰਧਾਨ ਲਗਾ ਸਕਦੀ ਹੈ ਅਮਿਤ ਸ਼ਾਹ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੰਦਰ ਖਾਤੇ ਇਸ ਦੇ ਉੱਪਰ ਸਹਿਮਤੀ ਜਿਤਾ ਚੁੱਕੇ ਨੇ ਤਾਂ ਜੇਕਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਟੁੱਟਣ ਤੋਂ ਬਾਅਦ ਬੀਜੇਪੀ ਲਗਾਤਾਰ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਇਸ ਨੂੰ ਅੱਗੇ ਵਧਾ ਰਹੀ ਹੈ ਤਾਂ ਹਰੇਕ ਜਿਹੜੀ ਚੋਣ ਹੈਗੀ ਹੈ ਚਾਹੇ ਉਹ ਸੰਗਰੂਰ ਦੀ ਬਾਈ ਇਲੈਕਸ਼ਨ ਹੋਵੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾਂ ਫਿਰ ਜਲੰਧਰ ਬਾਈ ਇਲੈਕਸ਼ਨ ਹੋਵੇ ਆ ਬੀਜੇਪੀ ਨੇ ਆਪਣੇ ਦਮ ਦੇ ਉੱਪਰ ਚੋਣ ਲੜੀ ਹੈ ਤੇ ਲੋਕ ਸਭਾ 2024 ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੀਜੇਪੀ ਨੇ ਹੁਣ ਰਣਨੀਤੀ ਜਿਹੜੀ ਹੈ ਨਵੀਂ ਬਣਾ ਦਿੱਤੀ ਹੈ ਤੇ ਇਸ ਦੇ ਵਿੱਚ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਇਆ ਜਾ ਸਕਦਾ ਹੈ ਜੇਕਰ ਸੁਨੀਲ ਜਾਖੜ ਦੇ ਗੱਲ ਕੀਤੀ ਜਾਵੇ ਤਾਂ ਜਦੋਂ ਚਰਨਜ ਸਿੰਘ ਚੰਨੀ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਸੁਨੀਲ ਜਾਖੜ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਨੂੰ ਛੱਡ ਦਿੱਤਾ ਸੀ ਔਰ ਇਹ ਮੰਨਿਆ ਜਾ ਰਿਹਾ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਨੇ ਉਤਾਰਿਆ ਸੀ ਕਾਂਗਰਸ ਦੀ ਹਾਈ ਕਮਾਂਡ ਨੇ ਤਾਂ ਉਦੋਂ ਸੁਨੀਲ ਜਾਖੜ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੁੰਦਾ ਤਾਂ ਸੁਨੀਲ ਜਾਖੜ ਦੇ ਨਾਲ ਤਕਰੀਬਨ 41 ਵਿਧਾਇਕ ਵੀ ਜਿਹੜੇ ਕਾਂਗਰਸ ਦੇ ਹੁੰਦੇ ਐ 67 ਦੇ ਵਿੱਚੋਂ ਉਹ ਸੁਨੀਲ ਜਾਖੜ ਦੇ ਹੱਕ ਦੇ ਵਿੱਚ ਆ ਜਾਂਦੇ ਨੇ ਪਰ ਅਚਨਚੇਤ ਮੌਕੇ ਦੇ ਉੱਪਰ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਤਬਦੀਲੀ ਦੇਖਣ ਨੂੰ ਮਿਲਦੀ ਹੈ ਹਾਈ ਕਮਾਂਡ ਚਰਨਜ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰ ਦਿੰਦੀ ਹੈ ਤਾਂ ਇਸ ਤੋਂ ਬਾਅਦ ਫਿਰ ਸੁਨੀਲ ਜਾਖੜ ਜਿਹੜੇ ਹੈਗੇ ਆ ਉਹ ਕਾਫੀ ਨਿਰਾਸ਼ ਚੱਲ ਰਹੇ ਸੀ ਤਾਂ ਉਹਨਾਂ ਨੇ ਆਪਣੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਸੁਨੀਲ ਜਾਖੜ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਦੋ ਵਾਰ ਵਿਧਾਇਕ ਵੀ ਬਣ ਚੁੱਕੇ ਐ ਇੱਕ ਵਾਰ ਲੋਕ ਸਭਾ ਮੈਂਬਰ ਗੁਰਦਾਸਪੁਰ ਤੋਂ ਬਣੇ ਸਨ ਤੇ ਪੰਜਾਬ ਕਾਂਗਰਸ ਦੀ ਉਹਨਾਂ ਨੇ ਕਮਾਂਡ ਵੀ ਸੰਭਾਲੀ ਹੋਈ ਸੀ ਤਾਂ ਅੱਜ ਇਹ ਵਿਚਾਲੇ ਹੁਣ ਬੀਜੇਪੀ ਸੁਨੀਲ ਜਾਖੜ ਦੇ ਉੱਪਰ ਵੱਡਾ ਦਾ ਲਗਾਉਣ ਦੀ ਤਿਆਰੀ ਦੇ ਵਿੱਚ ਹੈ ਕਿ ਇਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਤੇ ਟੀਚਾ ਜਿਹੜਾ ਹੈਗਾ ਟਾਰਗੇਟ ਹੈ ਬੀਜੇਪੀ ਦਾ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਹੈ